ਮੈਨੂੰ ਕਹਿੰਦੇ ਨੂੰ ਪਤਾ ਹੈ ਵੀ ਜੇ ਜਨਾਨੀ ਆਦਮੀ ਤੋਂ ਜ਼ਿਆਦਾ ਪੜ ਜਾਏ ਨਾ ਤਾਂ ਸਿਰ 'ਚ ਗਲੀਆਂ ਕਰ ਦਿੰਦੀ ਔਰ ਮੈਂ ਨਹੀਂ ਚਾਹੁੰਦੀ ਵੀ ਮੇਰੇ ਮੁੰਡੇ ਦੇ ਸਿਰ 'ਚ ਤੂੰ ਗਲੀਆਂ ਕਰੇ ਫਿਰ ਉਸ ਤੋਂ ਬਾਅਦ ਮੈਂ ਪ੍ਰੈਗਨੈਂਟ ਹੋ ਗਈ ਪ੍ਰੈਗਨੈਂਟ ਹੋਈ ਮੇਰੇ ਮਦਰ-ਇਨ-ਲॉ ਨੇ ਮੈਨੂੰ ਗੱਲ-ਗੱਲ ਤੇ ਗੱਲਾਂ ਸੁਣਾਉਣੀਆਂ ਉਹਨਾਂ ਦੀ ਇੱਕੋ ਹੀ ਡਿਮਾਂਡ ਸੀ ਵੀ ਮੁੰਡਾ ਹੋਣਾ ਚਾਹੀਦਾ ਫਿਰ ਅਸੀਂ ਇੱਕ ਦਿਨ ਡਾਕਟਰ ਦੇ ਜਾਨੇ ਡਾਕਟਰ ਕਹਿੰਦਾ ਕਿ ਇਹਨੂੰ ਕੰਪਲੀਟ ਬੈਡ ਰੈਸਟ ਦੀ ਜ਼ਰੂਰਤ ਹੈ ਜੀ ਏਜ ਬਹੁਤ ਛੋਟੀ ਹੈ ਮੈਂ ਕਿਹਾ ਵੀ ਮਾਂ ਮੈਂ ਮੈਂ ਖੜੀ ਨਹੀਂ ਹੋ ਪਾਉਂਗੀ ਜ਼ਿਆਦਾ देर ਪਰ ਨਹੀਂ ਆ ਕਮ ਤੂੰ ਹੀ ਕਰੇਂਗੀ ਕਿਚਨ ਦਾ ਓਵਰ ਕਿਚਨ ਸੀ ਮੈਨੂੰ ਬੁਰੀ ਤਰ੍ਹਾਂ ਨਾਲ ਬਲੀਡਿੰਗ ਸਟਾਰਟ ਹੋ ਗਈ। ਔਰ ਮੈਂ ਆਵਾਜ਼ਾਂ ਮਾਰ ਰਹੀ ਹਾਂ ਮੈਂ ਚੀਕਾਂ ਮਾਰ ਰਹੀ ਹਾਂ ਪਰ ਮੈਨੂੰ ਕੋਈ ਚੱਕਰ ਨਹੀਂ ਆਇਆ। ਮਤਲਬ ਇੱਕ ਟਾਈਮ ਐਸਾ ਆਇਆ ਵੀ ਉਹ ਟਾਈਮ ਨੇ ਸਭ ਕੁਝ ਹੀ ਬਦਲ ਕੇ ਰੱਖਤਾ। ਪਿੰਡੇ ਬੇਸੁਰੇ ਸਦੀਆਂ ਤੋਂ ਹੀ ਇਤਰਾਜ਼ ਕਰਦੇ ਨੇ ਕਿ ਬਾਗਾਂ ਵਿੱਚ ਕੋਇਲ ਦੀ ਆਵਾਜ਼ ਕਿਉਂ ਹੋਵੇ? ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡੀ ਆਪਣੀ ਪ੍ਰਿਆ ਲਖਨਪਾਲ ਬੇਸਿਕਲੀ ਸੰਦੀਪ ਕੌਰ ਸਿੱਧੂ ਜਿਸ ਨੂੰ ਕਿ ਅੱਜ ਪ੍ਰਿਆ ਲਖਨਪਾਲ ਦੇ ਨਾਮ ਨਾਲ ਜਾਣਿਆ ਜਾਂਦਾ ਸੋ ਅੱਜ ਮੈਂ ਆਪਣੀ ਜ਼ਿੰਦਗੀ ਦੀ ਛੋਟੀ ਜੀ ਕਹਾਣੀ ਕਿ ਸੰਦੀਪ ਕੌਰ ਸਿੱਧੂ ਤੋਂ ਲੈ ਕੇ ਪ੍ਰਿਆ ਲਖਨਪਾਲ ਦਾ ਜਿਹੜਾ ਸਫ਼ਰ ਸੀ ਉਹ ਕਿਵੇਂ ਰਿਹਾ ਤੁਹਾਡੇ ਨਾਲ ਬਸ ਉਹ ਹੀ ਸ਼ੇਅਰ ਕਰਨਾ ਹੈ ਹੋ ਸਕਦਾ ਹੈ ਕਿ ਕਈ ਗੱਲਾਂ ਜਿਹੜੀਆਂ ਨੇ ਬਹੁਤਿਆਂ ਨੂੰ ਹਰਟ ਵੀ ਕਰ ਜਾਣ ਤੇ ਉਹਦੇ ਲਈ ਪਹਿਲਾਂ ਹੀ ਮਾਫੀ ਮੰਗਾਂਗੀ ਸੋ ਮੈਂ ਬੇਸਿਕਲੀ ਜੀ ਮੇਰਾ ਜਿਹੜੀ ਬਰਥਪਲੇਸ ਹੈ ਉਹ ਧੂਰੀ ਹੈ ਤੇ ਮੇਰੀ ਜਿਹੜੀ ਪੜਾਈ ਹੋਈ ਉਹ ਪਟਿਆਲੇ ਦੇ ਵਿੱਚ ਮੈਂ ਸਾਰੀ ਸਟੱਡੀ ਆਪਣੀ ਕੰਪਲੀਟ ਕੀਤੀ ਹੈ ਤੇ ਮੈਂ ਇੱਕ ਐਦਾਂ ਦੀ ਕੁੜੀ ਸੀ ਕਿ ਜਿਹਨੂੰ ਤੁਸੀਂ ਕਹੋਗੇ ਕਿ ਆਵਾਜ਼ ਹੀ ਹੈ ਨਹੀਂ ਮੋਂ ਦੇ ਵਿੱਚ ਸਿਰਫ ਜੋ ਪੇਰੈਂਟਸ ਨੇ ਕਹਿਤਾ ਹਾਂਜੀ ਜਾਂ ਬਾਹਰ ਲੈਣੇ ਵੀ ਕਿਸੇ ਨੇ ਕਹਿਤਾ ਹਾਂਜੀ ਬਸ ਉਹਨਾਂ ਚੀਜ਼ਾਂ ਨੂੰ ਲੈ ਕੇ ਇੱਕ ਮਕਸਦ ਸੀ ਬਸ ਵੀ ਜਿਹੜੀ ਕਕੂੜੀ ਹੈ ਨਾ ਉਹ ਐਦਾਂ ਦੀ ਹੁੰਦੀ ਹੈ ਵੀ ਉਹਨੂੰ ਉਹਦੇ ਘਰ ਦੇ ਹੀ ਚਲਾਉਂਦੇ ਨੇ ਤੇ ਕੁੜੀ ਦਾ ਮੇਨ ਮਕਸਦ ਹੈ ਕਿ ਘਰ ਦੇ ਕੰਮਾਂ ਨੂੰ ਕਰਨਾ ਆਪਣੀ ਪੜਾਈ ਜਿੱਥੇ ਤੱਕ ਹੋ ਗਈ ਉੱਤੋਂ ਕਰਕੇ ਉਦੋਂ ਬਾਅਦ ਕਿ ਠੀਕ ਹੈ ਵਿਆਹ ਹੋ ਜਾਣਾ ਤੇ ਮਤਲਬ ਇਸ ਤੋਂ ਅੱਗੇ ਕਿਉਂਕਿ ਇੱਕ ਪਿੰਡ ਦੇ ਕਲਚਰ ਤੋਂ ਉੱਠ ਕੇ ਆਈ ਹੋਈ ਕੁੜੀ ਸੀ ਮੈਂ ਪਰ ਪਰਮਾਤਮਾ ਨੇ ਸ਼ਾਇਦ ਕੁਝ ਹੋਰ ਸੋਚਿਆ ਹੁੰਦਾ ਤੁਹਾਡੀ ਜਿਹੜੀ ਡੈਸਟੀਨੀ ਹੈ ਨਾ ਉਹ ਤੁਹਾਨੂੰ ਖਿੱਚ ਕੇ ਲੈ ਜਾਂਦੀ ਹੈ ਸੋ ਇਸ ਤੋਂ ਉੱਪਰ ਕਿਸਮਤ ਜਿਹੜੀ ਹੈ ਉਹ ਬਹੁਤ ਬਲਵਾਨ ਹੈ ਬੜਾ ਕੁਝ ਉਹਦੇ ਚ ਲਿਖਿਆ ਹੈ ਜਿਹਦਾ ਤੁਹਾਨੂੰ ਨਹੀਂ ਪਤਾ ਸੋ ਮੈਂ ਅਜੇ ਸਟੱਡੀ ਕਰ ਰਹੀ ਸੀ ਮੈਂ ਸੈਕਿੰਡ ਇਅਰ ਕਰ ਰਹੀ ਸੀ ਬੜਾ ਕੁਝ ਸੀਗਾ ਮਨ ਸੀਗਾ ਕਿ ਲਾਅ ਕਰਨਾ ਹੈ ਅੱਗੇ ਜਾ ਕੇ ਤੇ ਬੜੀਆਂ ਸਾਰੀਆਂ ਪਲੈਨਿੰਗਸ ਕਰਨੀਆਂ ਤੇ ਇਨ ਬਿਟਵੀਨ ਕੀ ਹੁੰਦਾ ਕਿ ਮੈਂ ਸੈਕਿੰਡ ਇਅਰ ਐਗਜ਼ਾਮ ਦੀ ਤਿਆਰੀ ਕਰ ਰਹੀ ਆਂ ਤੇ ਅੱਜ ਦੇ ਦਿਨੀ ਮਤਲਬ 3 ਅਕਤੂਬਰ ਮੇਰੇ ਬਰਥਡੇ ਵਾਲੇ ਦਿਨੀ ਮੈਨੂੰ ਇੱਕਦਮ ਡੈਡੀ ਨੂੰ ਕਾਲ ਆਉਂਦੀ ਹੈ ਵੀ ਜੀ ਤੁਹਾਡੀ ਕੁੜੀ ਨੂੰ ਦੇਖਣ ਆਲੇ ਆ ਰਹੇ ਨੇ ਪਰ ਸਾਨੂੰ ਕੁਝ ਵੀ ਨਹੀਂ ਪਤਾ ਤੇ ਪਾਪਾ ਪ੍ਰਪੇਅਰ ਨਹੀਂ ਸੀ ਇਸ ਚੀਜ਼ ਵਾਸਤੇ ਉਹਨਾਂ ਨੇ ਕਿਹਾ ਕਿ ਠੀਕ ਹੈ ਇਟਸ ਓਕੇ ਕੋਈ ਆਉਂਦਾ ਤਾਂ ਕਰੇ ਆਜੋ ਸਿੱਧਾ ਤੇ ਉਹ ਕਰੇ ਆਉਂਦੇ ਨੇ ਜੀ ਦੇਖਣ ਲਈ ਤੇ ਮਤਲਬ ਸਾਨੂੰ ਕੁੜੀ ਪਸੰਦ ਹੈ ਜੀ ਓਕੇ ਹੈ ਜੀ ਐਦਾਂ ਉਦਾਂ ਮਤਲਬ ਅਸੀਂ ਪ੍ਰਪੇਅਰ ਨਹੀਂ ਆ ਉਹ ਚੀਜ਼ ਵਾਸਤੇ ਬੇਸਿਕਲੀ ਜਰਨੀ ਜਿਹੜੀ ਹੈ ਸਟਾਰਟ ਹੀ ਉੱਥੋਂ ਹੋਈ ਤੇ ਰਿਸ਼ਤਾ ਹੋ ਗਿਆ ਦੋ ਚਾਰ ਦਿਨਾਂ ਦੇ ਵਿੱਚ ਰੋਕਾ ਰੁਕਾ ਵੀ ਹੋ ਗਿਆ ਡੈਡੀ ਨੇ ਕਿਹਾ ਕਿ ਕੁੜੀ ਪੜ ਰਹੀ ਹੈ ਜੀ ਸੋ ਇਹਦਾ ਵਿਆਹ ਨਹੀਂ ਮੈਂ ਜ ਕਰ ਸਕਦਾ ਓਕੇ ਜੀ 노 ਪ੍ਰੋਬਲਮ ਅਸੀਂ ਅੱਜ ਰੋਕਾ ਕਰ ਰਹੇ ਹਾਂ ਤੇ ਵਿਆਹ ਅਸੀਂ ਦੋ ਸਾਲ ਨਹੀਂ ਕਰਾਂਗੇ ਪਰ ਜਦੋਂ ਰੋਕਾ ਐਂਗੇਜਮੈਂਟ ਹੋ ਗਈ ਉਦੋਂ 10 ਦਿਨਾਂ ਬਾਅਦ ਹੀ ਮੇਰੇ ਵਿਆਹ ਦੀ ਡੇਟ ਮੇਰੇ ਸਹੁਰਿਆਂ ਵੱਲੋਂ ਕਢਾਈ ਗਈ ਔਰ ਮੇਰੇ ਸਹੁਰੇ ਤੁਹਾਡੇ ਆਪਣੇ ਸ਼ਹਿਰ ਲੁਧਿਆਣਾ ਦੇ ਵਿੱਚ ਜਿਨ੍ਹਾਂ ਦਾ ਇੱਕ ਬਹੁਤ ਨਾਮ ਹੈ ਬਿਜ਼ਨਸਮੈਨ ਬੰਦੇ ਨੇ ਔਰ ਬਿਜ਼ਨਸ ਸਟੇਟ ਦੇ ਵਿੱਚ ਮਤਲਬ ਇੱਕ ਨਾਮੀ ਪਰਿਵਾਰ ਜੀ ਨੂੰ ਕਹਿ ਸਕਦੇ ਆ ਆਪਾਂ ਔਰ ਮੈਂ ਇੱਕ ਪਿੰਡ ਦੀ ਕੁੜੀ ਸੀ ਉਹ ਕੁੜੀ ਜਿਹੜੀ ਜਿਹੜੀ ਕਦੇ ਘਰ ਤੋਂ ਬਾਹਰ ਨਹੀਂ ਨਿਕਲੀ ਜਿਹੜਾ ਕਿ ਲੋਕਾਂ ਨੂੰ ਵੀ ਨਹੀਂ ਸੀ ਸਾਡੇ ਘਰ ਦੇ ਵਿੱਚ ਇਵਨ ਪਤਾ ਕਿ ਮਤਲਬ ਸਾਡੇ ਆਸ ਪੜੋਸ ਚ ਵੀ ਨਹੀਂ ਸੀ ਪਤਾ ਵੀ ਇਹਨਾਂ ਦੇ ਤੀਸਰਾ ਬੱਚਾ ਵੀ ਕੋਈ ਹੈਗਾ ਤੇ ਉਹ ਕੁੜੀ ਦਾ ਵਿਆਹ ਇੱਕ ਪਿੰਡ ਦੀ ਕੁੜੀ ਉੱਠ ਕੇ ਇੱਕਦਮ ਸ਼ਹਿਰੀ ਮਾਹੌਲ ਚ ਆ ਜਾਂਦੀ ਹੈ ਮੇਰਾ 2-4 ਮਹੀਨੇ ਦੇ ਅੰਦਰ ਅੰਦਰ ਹੀ ਮੈਰਿਜ ਹੋ ਗਈ ਜੀ ਔਰ ਮੇਰੇ ਫਾਦਰ ਸਾਹਿਬ ਨੇ ਕਿਹਾ ਵੀ ਇਹ ਦੇ ਐਗਜ਼ਾਮ ਨੇ ਮੇਰੇ ਮਦਰ ਦੇ ਲੋਕਾਂ ਦੇ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਆਫਟਰ ਮੈਰਿਜ ਵੀ ਇਹ ਪੜ੍ਹਾਈ ਕਰ ਸਕਦੀ ਹੈ ਤੇ ਵਿਆਹ ਤੋਂ ਬਾਅਦ ਮੈਂ ਫੈਬਰ ਦੇ ਵਿੱਚ ਮੇਰੀ ਮੈਰਿਜ ਹੁੰਦੀ ਹੈ ਤੇ ਮੈਂ April ਦੇ ਵਿੱਚ ਮੈਂ ਐਗਜ਼ਾਮ ਦੇਣ ਆਉਣੀ ਆ ਜਿਸ ਦਿਨ ਮੇਰਾ ਐਗਜ਼ਾਮ ਹੁੰਦਾ ਹੈ 2 ਵਜੇ ਮੈਂ ਔਮਨ ਕਾਲਜ ਜਾਣਾ ਤੇ 1 ਵਜੇ ਮੇਰੇ ਹਸਬੰਦ ਦੀ ਕਾਲ ਆ ਜਾਂਦੀ ਹੈ ਕਿ ਤੂੰ ਵਾਪਸ ਆ ਜਾ ਤੂੰ ਪੇਪਰ ਨਹੀਂ ਦੇਣਾ ਜਿਹੜੀ ਉਹ ਮੂਮੈਂਟ ਸੀ ਨਾ ਮਤਲਬ ਸ਼ੌਕਿੰਗ ਸੀ ਮੇਰੇ ਲਈ ਕਿਉਂਕਿ ਮੈਂ ਪੜ੍ਹਾਈ ਕਰ ਰਹੀ ਹਾਂ ਸਾਲਾਂ ਤੋਂ ਤੇ ਮੇਰਾ ਐਗਜ਼ਾਮ ਹੈ ਘੰਟੇ ਬਾਅਦ ਮੈਂ ਕਾਲਜ ਜਾਣਾ ਤੇ ਮੈਨੂੰ ਘੰਟਾ ਪਹਿਲਾਂ ਕਾਲ ਆਉਂਦੀ ਹੈ ਕਿ ਤੇ ਜੇ ਤੂੰ ਵਾਪਸ ਨਾ ਆਈ ਤਾਂ ਮੈਂ ਤੈਨੂੰ ਸਦਾ ਲਈ ਛੱਡ ਦੂੰਗਾ ਔਰ ਮੈਨੂੰ ਲੱਗਿਆ ਕਿ ਸ਼ਾਇਦ ਮੈਨੂੰ ਮੈਨੂੰ ਆਉਣਾ ਚਾਹੀਦਾ ਵਾਪਸ ਕਿਉਂਕਿ ਫੈਮਿਲੀ ਜ਼ਿਆਦਾ ਇੰਪੋਰਟੈਂਟ ਸੀ ਔਰ ਇੱਕ ਪਿਓ ਦੀਆਂ ਬੜੀਆਂ ਸੱਦਰਾਂ ਜੁੜੀਆਂ ਹੁੰਦੀਆਂ ਹਨ ਜਦੋਂ ਉਹ ਆਪਣੇ ਧੀ ਨੂੰ ਵਿਆਹ ਕੇ ਤੋਰਦਾ ਹੈ ਨਾ ਔਰ ਉਹਨੂੰ ਇਹ ਲੱਗਦਾ ਕਿ ਉਹਦਾ ਪਰਿਵਾਰ ਨਹੀਂ ਟੁੱਟਣਾ ਚਾਹੀਦਾ ਮੇਰੇ ਅੰਦਰ ਇਹ ਚੀਜ਼ਾਂ ਸੀ ਤੇ ਮੈਂ ਮੇਰੇ ਫਾਦਰ ਸਾਹਿਬ ਨੂੰ ਕਿਹਾ ਕਿ ਪਾਪਾ ਮੈਂ ਘਰੇ ਵਾਪਸ ਜਾਣਾ ਡੈਡੀ ਮੈਨੂੰ ਪੁੱਛਦੇ ਰਹੇ ਕਿ ਗੱਲ ਤਾਂ ਦੱਸ ਕੀ ਹੈ ਕਿ ਅਸ ਤੇਰਾ ਪੇਪਰ ਹੈ ਮੈਂ ਕਿਹਾ ਗੱਲ ਕੋਈ ਨਹੀਂ ਮੈਂ ਵਾਪਸ ਜਾਣਾ ਮੈਂ ਪੇਪਰ ਨਹੀਂ ਦੇ ਸਕਦੀ ਵਾਪਸ ਆ ਕੇ ਮੈਂ ਮੇਰੇ ਮਦਰਨ ਲੋਨ ਨੂੰ ਕਿਹਾ ਕਿ ਵੀ ਮੰਮਾ ਮੇਰਾ ਅਜ ਪੇਪਰ ਸੀਗਾ ਮੈਨੂੰ ਕਹਿੰਦੇ ਤੈਨੂੰ ਪਤਾ ਹੈ ਵੀ ਜੇ ਜਨਾਨੀ ਆਦਮੀ ਤੋਂ ਜ਼ਿਆਦਾ ਪੜ੍ਹ ਜੇ ਨਾ ਤੋਂ ਸਿਰ ਚ ਗਲੀਆਂ ਕਰ ਦਿੰਦੀ ਔਰ ਮੈਂ ਨਹੀਂ ਚਾਹੁੰਦੀ ਵੀ ਮੇਰੇ ਮੁੰਡੇ ਦੇ ਸਿਰ ਚ ਤੂੰ ਗਲੀਆਂ ਕਰੇ ਮਤਲਬ ਇਹ ਵਰਡ ਮੇभी ਕਿਤੇ ਨਾ ਕਿਤੇ ਮਤਲਬ ਫਸ ਟਾਈਮ ਇਕ ਅੱਖਾਂ ਚ ਪਾਣੀ ਸੀ ਪਰ ਜਵਾਬ ਕੋਈ ਨਹੀਂ ਸੀ ਮੇਰੇ ਕੋਲ ਉਸ ਤੋਂ ਬਾਅਦ ਮੈਨੂੰ ਰੈਗੂਲਰ ਜੀ ਬੁਖਾਰ ਰਹਿਣਾ ਸ਼ੁਰੂ ਹੋ ਗਿਆ ਬਿਮਾਰ ਰਹਿਣ ਲੱਗ ਗਈ ਮੈਂ ਫਿਰ ਉਸ ਤੋਂ ਬਾਅਦ ਮੈਂ ਪ੍ਰੈਗਨੈਂਟ ਹੋ ਗਈ ਪ੍ਰੈਗਨੈਂਟ ਹੋਈ ਮੇਰੇ ਮਦਰ ਇਨ ਲਾਅ ਨੇ ਮੈਨੂੰ ਗੱਲ ਗੱਲ ਤੇ ਗੱਲਾਂ ਸੁਣਾਉਣੀਆਂ ਕੋਈ ਵੀ ਗੱਲ ਹੋਣੀ ਨਾ ਮੇਰੇ ਕੱਪੜੇ ਪਾਉਣ ਨੂੰ ਲੈ ਕੇ ਕਿਉਂਕਿ ਮੈਂ ਬੇਸਿਕਲੀ ਸੂਟ ਜ਼ਿਆਦਾ ਪਾਉਂਦੀ ਸੀ ਸ਼ੁਰੂ ਤੋਂ ਹੀ ਮੈਂ ਮਤਲਬ ਮੇਰੀ ਮੈਰਿਜ ਤੱਕ ਮੈਂ ਕਦੇ ਜੀਨ ਨਹੀਂ ਪਾਈ ਅੱਜ ਵੀ ਮੈਂ ਮੇਰੇ ਫਾਦਰ ਸਾਹਿਬ ਦੇ ਅਗੇ ਜੀਨ ਪਾ ਕੇ ਨਹੀਂ ਜਾਂਦੀ ਕਿਉਂਕਿ ਮੇਰੇ ਫਾਦਰ ਸਾਹਿਬ ਨੂੰ ਚੀਜ਼ਾਂ ਪਸੰਦ ਨਹੀਂ ਸੀ ਤੇ ਮੇਰੇ ਮਦਰ ਨੇ ਲੋਨ ਕਿਹਾ ਕਿ ਤੂੰ ਪਿੰਡੂ ਐ ਤੇਰਾ ਦਾਇਰਾ ਬਹੁਤ ਛੋਟਾ ਤੇਰਾ ਫਾਦਰ ਇੱਕ ਸਰਵਿਸਮੈਨ ਬੰਦਾ ਐ ਇਸ ਕਰਕੇ ਤੂੰ ਬਹੁਤੇ ਲੋਕਾਂ ਚ ਵਿਚਰ ਹੀ ਨਹੀਂ ਹੋਈ ਤੈਨੂੰ ਨੌਲੇਜ ਨਹੀਂ ਆਈਆਂ ਚੀਜ਼ਾਂ ਦੀ ਅਸੀਂ ਬਿਜ਼ਨਸਮੈਨ ਹੁੰਨੇ ਆ ਸਾਡਾ ਦਾਇਰਾ ਬਹੁਤ ਵੱਡਾ ਚਲੋ ਉਹ ਚੀਜ਼ਾਂ ਵੀ ਸੁਣਦੀ ਸੁਣਾਉਂਦੀ ਗਈ ਪ੍ਰੈਗਨੈਂਟ ਹੋ ਗਈ ਉਹਨਾਂ ਦੀ ਇੱਕੋ ਹੀ ਡਿਮਾਂਡ ਸੀ ਵੀ ਮੁੰਡਾ ਹੋਣਾ ਚਾਹੀਦਾ ਜਿੱਦਾਂ ਹੀ ਮੇਰਾ 3rd ਮੰਥ ਸਟਾਰਟ ਹੋਇਆ ਮੈਨੂੰ ਕਹਿੰਦੇ ਅਸੀਂ ਟੈਸਟ ਕਰਾਉਣਾ ਤੇ ਮੈਨੂੰ ਲੱਗਿਆ ਕਿ ਤੇ ਨਾ ਕਿਤੇ ਵੀ ਮੈਂ ਪਾਪ ਨਹੀਂ ਕਰ ਸਕਦੀ ਮੈਨੂੰ ਨਹੀਂ ਪਤਾ ਮੁੰਡਾ ਹੈ ਜਾਂ ਕੁੜੀ ਹੈ ਪਰ ਇੱਕ ਟੈਸਟ ਕਰਾਉਣਾ ਵੀ ਆਪਦੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਤੇ ਮੈਂ ਉਹਨਾਂ ਨੂੰ ਮਨਾਂ ਕੀਤਾ ਕਿ ਮੈਂ ਟੈਸਟ ਨਹੀਂ ਕਰਾਂਗੀ ਇਹ ਮੇਰਾ ਪਹਿਲਾ ਇੱਕ ਐਸਾ ਪੁਆਇੰਟ ਸੀ ਜਿਹੜਾ ਮੈਂ ਉਹਨਾਂ ਦੇ ਅਗੇਂਸਟ ਗਈ ਔਰ ਮੇਰੇ ਮਦਰਨ ਨੂੰ ਲੱਗਿਆ ਵੀ ਮੇਰੇ ਮੇਰੇ ਸਾਹਮਣੇ ਤੂੰ ਕਿਵੇਂ ਬੋਲ ਸਕਦੀ ਹੈ ਹੈਨਾ ਤੇ ਚਲੋ ਜੀ ਉਹ ਚੀਜ਼ਾਂ ਚਲਦੀਆਂ ਗਈਆਂ ਮੈਂ ਕਿਸੇ ਨਾ ਕਿਸੇ ਤਰ੍ਹਾਂ ਟਾਈਮ ਕੱਢਦੀ ਗਈ ਫਿਰ ਅਸੀਂ ਇੱਕ ਦਿਨ ਡਾਕਟਰ ਦੇ ਜਾਨੇ ਡਾਕਟਰ ਕਹਿੰਦਾ ਕਿ ਇਹਨੂੰ ਕੰਪਲੀਟ ਬੈਡ ਰੈਸ ਦੀ ਜ਼ਰੂਰਤ ਹੈ ਜੀ ਏਜ ਬਹੁਤ ਛੋਟੀ ਹੈ ਮੇਰੇ ਹਸਬੰਦ ਨੂੰ ਮੈਂ ਆ ਕੇ ਦੱਸਿਆ ਔਰ ਮੇਰੇ ਹਸਬੰਦ ਦਾ ਜਵਾਬ ਇਹ ਸੀ ਵੀ ਜੋ ਮਮਾ ਕਹਿੰਦੇ ਨੇ ਤੂੰ ਉਹ ਕਰਨਾ ਹੈ ਔਰ ਮੈਂ ਕਿਹਾ ਵੀ ਠੀਕ ਹੈ ਉਹ ਕਰ ਜਿਹੜੇ ਘਰ ਚ ਹਰ ਟਾਈਮ ਹੀ ਨੌਕਰ अवेलेबल ਹੈ ਬਟ ਉੱਥੇ ਇਹ ਕਹਿ ਲਈ ਜਾਂਦੀ ਹੈ ਵੀ ਕੰਮ ਤੂੰ ਹੀ ਕਰੇਂਗੀ ਔਰ ਮੈਂ ਉਸ ਲੇਡੀ ਨੂੰ ਕਹਿ ਰਹੀ ਆ ਮੈਨੂੰ ਲੱਗਦਾ ਵੀ ਅਕਸਰ ਲੋਕੀ ਕਹਿੰਦੇ ਨੇ ਵੀ ਔਰਤ ਔਰ ਦਾ ਦਰਦ ਸਮਝਦੀ ਹੈ ਪਰ ਇੱਥੇ ਸਿਸਟਮ ਕੁਝ ਹੋਰ ਸੀ ਮੈਂ ਕਿਹਾ ਵੀ ਮਾਂ ਮੈਂ ਖੜੀ ਨਹੀਂ ਹੋ ਪਾਉਂਗੀ ਜ਼ਿਆਦਾ देर ਪਰ ਨਹੀਂ ਆ ਕਮ ਤੂੰ ਹੀ ਕਰੇਂਗੀ ਕਿਚਨ ਦਾ ਓਵਰਆਲ ਕੰਮ ਤੂੰ ਹੀ ਸੰਭਾਲੇਂਗੀ ਇਨ ਬਿਟਵੀਨ ਕੀ ਹੁੰਦਾ ਕਿ ਮੇਰਾ 4th 5th ਮਨ ਸਟਾਰਟ ਹੁੰਦਾ ਔਰ ਅਗਲੇ ਦਿਨ ਰਕਸ਼ਾ ਬੰਧਨ ਹੈ ਇੱਕ ਦਿਨ ਪਹਿਲਾਂ ਮਤਲਬ ਮੇਰੇ ਮਦਰ ਇਨ ਲਾਉ ਮੈਂ ਥੋਂ ਬੇਅੰਤਹਾ ਕੰਮ ਕਰਾ ਰਹੇ ਨੇ ਕਿ ਤੇਰੇ ਸਿਸਟਰ ਇਨ ਲਾਉ ਨੇ ਆਉਣਾ ਤੇ ਤੂੰ ਸਾਰਾ ਕਿਚਨ ਦਾ ਕੰਮ ਇਹ ਸਭ ਕੁਝ ਮੈਂ ਕਰ ਰਹੀ ਹਾਂ ਤੇ ਕਰਦੇ ਕਰਦੇ ਕੀ ਹੁੰਦਾ ਕਿ ਮੇਰੇ ਪੇਨ ਸਟਾਰਟ ਹੋ ਜਾਂਦੀ ਹੈ ਔਰ ਮੈਂ ਆਵਾਜ਼ ਲਾਉਂਦੀ ਹਾਂ ਰੋਂਦੀ ਹੋਈ ਕਿ ਮਮਾ ਮੇਰੇ ਰਿਪੇਲ ਹੈ ਔਰ ਉਹ ਔਰਤ ਮੈਨੂੰ ਕਹਿ ਰਹੀ ਕਿ ਤੂੰ ਕੰਮ ਕਰ ਲੈ ਕੰਮ ਕਰਨ ਤੋਂ ਬਾਅਦ ਜਾ ਕੇ ਤੂੰ ਰੈਸਟ ਕਰ ਲਈ ਓਬਵੀਅਸ ਹੈ ਜੇ ਕੰਮ ਕਰ ਲਿਆ ਕੰਮ ਕਰਨ ਤੋਂ ਬਾਅਦ ਕਿਹੜਾ ਮੈਂ ਇੱਥੇ ਖੜਿਆ ਹੋਣਾ ਕਿਚਨ 'ਚ ਮੈਨੂੰ ਬੁਰੀ ਤਰ੍ਹਾਂ ਨਾਲ ਬਲੀਡਿੰਗ ਸਟਾਰਟ ਹੋ ਗਈ ਔਰ ਮੈਂ ਆਵਾਜ਼ਾਂ ਮਾਰ ਰਹੀ ਹਾਂ ਮੈਂ ਚੀਕਾਂ ਮਾਰ ਰਹੀ ਹਾਂ ਪਰ ਮੈਨੂੰ ਕੋਈ ਚੱਕਰ ਨਹੀਂ ਆਇਆ ਮੇਰੇ ਹਸਬੰਦ ਨੂੰ ਮੈਂ ਕਾਲ ਕੀਤੀ ਕਿ ਮੇਰੀ ਆਹ ਕੰਡੀਸ਼ਨ ਹੈ ਉਹ ਫੈਕਟਰੀ ਸੀਗੇ ਉੱਥੋਂ ਆਉਂਦੇ ਨੇ ਇਮੀਡੀਏਟ ਉਹ ਮੈਨੂੰ ਸੀਐਮਸੀ ਪਹੁੰਚਾ ਰਹੇ ਨੇ ਔਰ ਉਤੇ ਜਦੋਂ ਮੈਂ ਜਾਣੀਆ ਮੇਰਾ ਸਕੈਨ ਕੀਤਾ ਜਾਂਦਾ ਕਿ ਬੱਚਾ ਠੀਕ ਹੈ ਬਟ ਬਲੀਡਿੰਗ ਰੁਕਣੀ ਬਹੁਤ ਜ਼ਰੂਰੀ ਹੈ ਪਰ ਮੇਰੀ ਬਲੀਡਿੰਗ ਨਹੀਂ ਰੁਕੀ ਔਰ ਸਭ ਤੋਂ ਵੱਡੀ ਪ੍ਰੋਬਲਮ ਸੰਡੇ ਵਾਲਾ ਦਿਨ ਸੀ ਉਹ ਕਹਿੰਦੇ ਫਾਈਲ ਹੀ ਨਹੀਂ ਮਿਲ ਰਹੀ ਘੰਟਾ ਤਾਂ ਉਹਨਾਂ ਨੇ ਫਾਈਲ ਲੱਭਣ ਚ ਹੀ ਵੇਸਟ ਕਰਤਾ ਹਰ ਉਸ ਤੋਂ ਬਾਅਦ ਜਦੋਂ ਬਲੀਡਿੰਗ ਨਹੀਂ ਰੁਕੀ ਤਾਂ ਮੈਨੂੰ ਪਤਾ ਨਹੀਂ ਔਰ ਉਹਨਾਂ ਨੇ ਔਨ ਬੈੱਡ ਹੀ ਮੇਰੀ ਡੀਐਨਸੀ ਕਰਤੀ ਪੇਨਸ ਲਾਤੀਆਂ ਮੇਨ ਲੱਗਾ ਦੇ ਵੀ 4th 5th ਮੰਥ ਦੇ ਵਿੱਚ ਬੱਚਾ ਪੂਰਾ ਬਣ ਜਾਂਦਾ ਔਰ ਉਹ ਬੱਚੇ ਦੇ ਪੀਸਿਸ ਜਦੋਂ ਉਹ ਪੀਸਿਸ ਕੱਢੇ ਗਏ ਤਾਂ ਇੱਕ ਮਾਂ ਤੇ ਕੀ ਬੀਤੂਗੀ ਕਿਉਂਕਿ ਤੁਸੀਂ ਆਦੇ ਬੱਚੇ ਨੂੰ ਉਸ ਉਸ ਹਾਲਤ 'ਚ ਦੇਖਿਆ ਇਹ ਵੀ ਹੋ ਗਿਆ ਮੇਰੀ ਬਲੀਡਿੰਗ ਫਿਰ ਵੀ ਨਹੀਂ ਰੁਕੀ ਡਾਕਟਰ ਕਹਿੰਦੇ ਕਿ ਆਪਰੇਟ ਕਰਨਾ ਪਏਗਾ ਆਪਰੇਸ਼ਨ ਥੀਟਰ ਲੈ ਗਏ ਆਪਰੇਟ ਕੀਤਾ ਬਲੀਡਿੰਗ ਫਿਰ ਨਹੀਂ ਰੁਕੀ ਐਂਡ ਮੂਮੈਂਟ ਇਹ ਸੀ ਕਿ ਡਾਕਟਰ ਨੇ ਜਵਾਬ ਦਿੱਤਾ ਕਿ ਇਹ ਬਚੂਗੀ ਨਹੀਂ ਇਨਾਂ ਨੂੰ ਲੱਗਿਆ ਕਿ ਠੀਕ ਹੈ ਯਾਰ ਕਹਾਣੀ ਖਤਮ ਫਿਰ ਇਹਨਾਂ ਨੇ ਮੇਰੇ ਪੇਰੈਂਟਸ ਨੂੰ ਕਾਲ ਕੀਤੀ ਕਿ ਐਦਾਂ ਕਰਕੇ ਆ ਪ੍ਰੋਬਲਮ ਆਈ ਆ ਉਦੋਂ ਪਹਿਲਾਂ ਇਹਨਾਂ ਨੇ ਕੁਝ ਨਹੀਂ ਦੱਸਿਆ ਕਿ ਤੁਸੀਂ ਆ ਜਾਓ ਵੀ ਡਾਕਟਰ ਨੇ ਜਵਾਬ ਦਿੱਤਾ ਮੇਰੇ ਫਾਦਰ ਸਾਹਿਬ ਮੇਰੇ ਬ੍ਰਦਰ ਸਾਰੀ ਮੇਰੀ ਫੈਮਿਲੀ ਮਤਲਬ ਰਾਤ ਦੇ 12 ਵਜੇ ਮੇਰੇ ਪੇਰੈਂਟਸ ਨੂੰ ਕਾਲ ਜਾਂਦੀ ਔਰ ਫਿਰ 4 ਵਜੇ ਤੱਕ ਪਹੁੰਚਦੇ ਨੇ ਕਿਉਂਕਿ ਪਪਾ ਨੂੰ ਆਈ ਸਾਈਡ ਦੀ ਬਹੁਤ ਪ੍ਰੋਬਲਮ ਸੀ ਉਹ ਗੱਡੀ ਨਹੀਂ ਸੀ ਚਲਾ ਸਕਦੇ ਬ੍ਰਦਰ ਮੇਰਾ ਬਹੁਤ ਛੋਟਾ ਸੀ ਔਰ ਜਿਸ ਦਿਨ ਉਹਨਾਂ ਨੂੰ ਕਾਲ ਕੀਤੀ بارش ਇੰਨੀ ਕਿ ਜ਼ਿਆਦਾ ਸੀ ਵੀ ਉਹ ਰੁਕਣ ਦਾ ਨਾਂ ਨਹੀਂ ਲੈ ਰਹੀ ਸੀ ਔਰ ਉਹਨਾਂ ਨੇ ਗੱਡੀ ਚੱਕੀ ਤਾਂ ਥਾਪਰ ਕਾਲਜ ਸਰ ਪਹੁੰਚਦੇ ਪਹੁੰਚਦੇ ਪਾਪਾ ਦੀ ਗੱਡੀ ਦੀ ਹੈਡਲਾਈਟਾਂ ਹੀ ਉੜ ਗਈਆਂ ਉਹਨਾਂ ਹੈਡਲਾਈਟਾਂ ਹੈ ਨਹੀਂ ਤੇ ਲੁਧਿਆਣੇ ਪਹੁੰਚਣੇ ਪਟਿਆਲੇ ਤੋਂ بارش ਹੋ ਰਹੀ ਹੈ ਤਾਂ ਅੱਬੇ ਸਾਰਾ ਟਾਈਮ ਲੱਗੇਗਾ ਜਦੋਂ 4 ਵਜੇ ਆਉਂਦੇ ਨੇ ਤੇ ਮੈਂ ਉਹਨਾਂ ਦੇ ਅੱਗੇ 90% ਡੈੱਡ ਸੀ ਫਿਰ ਵੀ ਮੇਰੇ ਫਾਦਰ ਸਾਹਿਬ ਨੇ ਉੱਥੋਂ ਮੈਨੂੰ ਚੱਕਿਆ ਔਰ ਪਟਿਆਲੇ ਲੈ ਗਏ ਪਟਿਆਲੇ ਉਹਨਾਂ ਦੇ नोन ਡਾਕਟਰ ਸੀਗੇ ਚਲੋ ਉਹਨਾਂ ਨੇ ਫਿਰ ਵੀ ਟ੍ਰੀਟਮੈਂਟ ਚਲਾਇਆ ਔਰ ਜਦੋਂ ਕਹਿੰਦੇ ਪਰਮਾਤਮਾ ਨੇ ਕੁਝ ਲਿਖਿਆ ਹੁੰਦਾ ਕੁਝ ਕਰਨਾ ਹੁੰਦਾ ਨਾ ਤੇ ਉਹ ਚੀਜ਼ਾਂ ਆਪਣੇ ਆਪ ਬਣਦੀਆਂ ਜਾਂਦੀਆਂ ਨੇ ਮੈਂ ਬਚ ਗਈ 2 ਮਹੀਨੇ ਮੇਰੇ ਪਾਪਾ ਨੇ ਮੈਨੂੰ ਉੱਥੇ ਰੱਖਿਆ ਉਦੋਂ ਬਾਅਦ ਮੈਨੂੰ ਨਹੀਂ ਪਤਾ ਵੀ ਮੇਰੇ ਲੌਸ ਨੇ ਕਹਤਾ ਸੀ ਅਸੀਂ ਇਹਨੂੰ ਛੱਡਣਾ ਉਹਨਾਂ ਨੂੰ ਕਿਸੇ ਨੇ ਕੋਈ ਗੱਲ ਕਹੀ ਜਾਂ ਕਿੱਦਾਂ ਉਹ ਮੈਨੂੰ ਲੈਨ ਆ ਗਏ ਵਾਪਸ ਪਹੁੰਚਦੀਆਂ ਡਾਕਟਰ ਨੇ ਜਵਾਬ ਦਿੱਤਾ ਕਿ ਹੁਣ ਇਹ ਕੰਸੀਵ ਨਹੀਂ ਕਰੂਗੀ ਔਰ ਮੇਰੇ ਫਾਦਰ ਬਲੋ ਕਹਿੰਦੇ ਵੀ ਅਸੀਂ ਇਹਨੂੰ ਪੈਸੇ ਦਿੰਨੇ ਆ ਵੀ ਤੈਨੂੰ ਤਲਾਕ ਦੇ ਜੇ ਮੇਰੇ ਹਸਬੰਦ ਨੂੰ ਕਹਿੰਦੇ ਵੀ ਤੈਨੂੰ ਕਹਿ ਵੀ ਬੋਲ ਤੇਰੀ ਡਿਮਾਂਡ ਕੀ ਹੈ ਪਰ ਇਸੇ ਨਾਲਨੇ ਕਰਨੀ ਰੱਖਣਾ ਚਲੋ ਜਦੋਂ ਮੈਂ ਘਰੇ ਵਾਪਸ ਆਉਣੀ ਆ ਤਾਂ ਮੇਰੇ ਔਰ ਮੇਰੇ ਜਠਾਣੇ ਦੀ ਪ੍ਰੈਗਨਨਸੀ ਦੇ ਵਿੱਚ ਇੱਕ ਹਫ਼ਤੇ ਦਾ ਫਰਕ ਸੀ ਮੇਰਾ ਕੇਸ ਖਰਾਬ ਹੋ ਗਿਆ ਬਟ ਉਹ ਉਹ ਅਜੇ ਵੀ ਪ੍ਰੈਗਨੈਂਟ ਸੀ ਔਰ ਮੈਨੂੰ ਕਿਹਾ ਗਿਆ ਕਿ ਤੂੰ ਆਪਣੇ ਰੂਮ ਚੋਂ ਬਾਹਰ ਨਹੀਂ ਆਉਣਾ ਤੇਰਾ ਪਰਛਾਵਾ ਵੀ ਉਹਦੇ ਤੇ ਪੈਣਾ ਨਹੀਂ ਚਾਹੀਦਾ ਉਸ ਤੋਂ ਬਾਅਦ ਫਿਰ ਮੈਂ ਪ੍ਰੈਗਨੈਂਟ ਹੁੰਨੀ ਆ ਔਰ ਮੈਂ ਮਤਲਬ ਮੇਰੇ ਜਦੋਂ ਮੇਰੀ ਪ੍ਰੈਗਨਨਸੀ ਦਾ 3rd ਮੰਥ ਸੀ ਮੇਰੇ ਪਾਪਾ ਮੈਨੂੰ ਇੱਥੋਂ ਵਾਪਸ ਲੈ ਗਏ ਸੀ ਪਟਿਆਲੇ ਮੈਂ ਉੱਥੇ ਰਹੀ ਆ ਆਪਣੀ ਡਿਲੀਵਰੀ ਤੱਕ ਡਿਲੀਵਰੀ ਦੇ ਕਾਰਨ ਕੀ ਹੋਇਆ ਕਿ ਉੱਥੇ ਜਦੋਂ ਮੇਰੇ ਡਿਲੀਵਰੀ ਨੂੰ ਟਾਈਮ ਲੱਗਿਆ ਤਾਂ ਮੇਰੇ ਇਨ-ਲॉज ਉੱਥੇ ਪਹੁੰਚ ਗਏ ਵੀ ਅੱਜ ਤਿੰਨ ਦਿਨ ਹੋ ਗਏ ਨੂੰ ਐਡਮਿਟ ਹੋਈ ਨੂੰ ਤੇ ਡਿਲੀਵਰੀ ਨਹੀਂ ਹੋਈ ਕਹਾਣੀ ਦੀ ਸ਼ੁਰੂਆਤ ਹੈ ਜਿਹੜੀ ਬੇਸਿਕਲੀ ਉਹ ਇੱਥੋਂ ਹੁੰਦੀ ਹੈ ਕਿ ਮੇਰੇ ਮੇਰੇ ਬੇਟੀ ਹੋ ਗਈ ਸੀ ਔਰ ਮੇਰੀ ਬੇਟੀ ਲਈ ਡਾਕਟਰ ਆਵਾਜ਼ਾਂ ਮਾਰ ਰਹੇ ਕਿ ਬੱਚਾ ਫੜ ਕੇ ਲੈ ਜਾਓ ਪਰ ਮੇਰੇ ਇਨ-ਲॉज ਚੋਂ ਤੇ ਮੇਰੇ ਹਸਬੰਡ ਚੋਂ ਕੋਈ ਵੀ ਨਹੀਂ ਉੱਠਿਆ ਰੀਜ਼ਨ ਕਿ ਮੇਰੇ ਬੇਟੀ ਸੀ ਔਰ ਡਾਕਟਰ ਜਾਂ ਨਰਸੀ ਜਦੋਂ ਆ ਕੇ ਵਧਾਈਆਂ ਮੰਗਣ ਲੱਗੀਆਂ ਤਾਂ ਮੇਰੇ ਫਾਦਰ ਨੇ ਲੋਹਣੇ ਕਿਹਾ ਕਿ ਤੁਸੀਂ ਸਾਡਾ ਮੁੰਡਾ ਰੱਖ ਲਿਆ ਔਰ ਕੁੜੀ ਦੇ ਦਿੱਤੀ। ਔਰ ਮੈਂ ਜਦੋਂ ਬੱਚਾ ਲੈ ਕੇ ਘਰੇ ਪਹੁੰਚਦੀਆਂ ਤਾਂ ਮੇਰੀ ਬੇਟੀ ਕੁਝ ਕੁ ਮਹੀਨਿਆਂ ਦੀ ਸੀ। ਮੇਰੇ ਫਾਦਰ ਨੇ ਲੋਹਣੇ ਕਿਹਾ ਵੀ ਤੇਰੇ ਕੁੜੀ ਹੋਈ ਹੈ ਤੂੰ ਇਸ ਘਰ ਚ ਨਹੀਂ ਰਹਿ ਸਕਦੀ। ਔਰ ਮੈਨੂੰ ਤੇ ਮੇਰੇ ਹਸਬੰਦ ਨੂੰ ਸਾਨੂੰ ਦੋਵਾਂ ਨੂੰ ਬੇਦਖਲ ਕਰਕੇ 27 ਦਸੰਬਰ ਦੀ ਰਾਤ 12:30 ਵਜੇ ਘਰੋਂ ਕੱਢ ਦਿੱਤਾ ਗਿਆ। ਔਰ ਮੈਨੂੰ ਸਭ ਤੋਂ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਮੇਰੇ ਹਸਬੰਦ ਨੂੰ ਪਤਾ ਸੀ ਮੇਰੇ ਹਸਬੰਦ ਇਨਵੋਲਵ ਸੀ ਇਸ ਚੀਜ਼ ਦੇ ਵਿੱਚ ਉਹਨਾਂ ਦੇ ਆਪਣੇ ਸਾਇੰਸ ਸੀ ਬੇਦਖਲ ਕਰਨ ਦੇ ਵਿੱਚ ਔਰ ਮੈਨੂੰ ਇਸ ਗੱਲ ਦਾ ਪਤਾ ਨਹੀਂ ਸੀ ਮੈਨੂੰ ਸੀ ਵੀ ਉਹ ਇਨਸਾਨ ਮੇਰੇ ਨਾਲ ਖੜਾ ਸਭ ਕੁਝ ਛੱਡ ਕੇ ਉਹ ਮੇਰੇ ਲਈ ਸੜਕ ਤੇ ਉਤਰਿਆ ਲੋਕੀ ਤਾਂ ਤਰਤੀ ਤੋਂ ਉੱਠਦੇ ਨੇ ਪਰ ਮੈਨੂੰ ਲੱਗਦਾ ਵੀ ਮੈਂ ਪਤਾਲ ਚੋਠੀ ਹਾਂ ਮੇਰੇ ਲੋਸ ਨੇ ਮੈਨੂੰ ਕੁਝ ਨਹੀਂ ਦਿੱਤਾ ਔਰ ਲੁਧਿਆਣੇ ਵਰਗੇ ਸ਼ਹਿਰ ਦੇ ਵਿੱਚ 20 ਸਾਲ ਦੀ ਕੁੜੀ ਜਿਸ ਨੂੰ ਕੁਝ ਵੀ ਨੌਲੇਜ ਨਹੀਂ ਹੈ ਉਹਨੂੰ ਸੜਕ ਤੇ ਖੜਾ ਕਰ ਦਿੱਤਾ ਗਿਆ 27 ਦਸੰਬਰ ਦੀ ਰਾਤ ਉਹ ਰਾਤ ਹੈ ਵੀ ਸਾਡੇ ਕੋਲ ਛੱਤ ਨਹੀਂ ਸੀ ਔਰ ਉਦੋਂ ਬਾਅਦ ਜਿਹੜਾ ਸਾਨੂੰ ਘਰ ਵੀ ਮਿਲਿਆ 25 ਸਾਲ ਪੁਰਾਣਾ ਘਰ ਜਿੱਥੇ ਮੈਂ ਰਾਤ ਕੱਟੀ ਔਰ ਸਾਡੇ ਕੋਲ ਕੋਈ ਬਿਸਤਰਾ ਨਹੀਂ ਸੀ ਦਸੰਬਰ ਦੀਆਂ ਰਾਤਾਂ ਦਾ ਦਰਦ ਉਹ ਅੱਜ ਵੀ ਕਿਤੇ ਨਾ ਕਿਤੇ ਅੰਦਰ ਹੈ ਬੱਚਾ ਕੋਲ ਹੋਵੇ ਤੁਹਾਡੇ ਤੁਹਾਡੇ ਉੱਪਰ ਸ਼ਾਲ ਤੱਕ ਲੈਣ ਨੂੰ ਨਾ ਹੋਵੇ ਪਰ ਹਾਰ ਹੀ ਨਹੀਂ ਮੈਨੂੰ ਸੀਗਾ ਕਿ ਬਹੁਤ ਕੁਝ ਕਰ ਸਕਦੀ ਹਾਂ ਔਰ ਚੈਲੰਜ ਸੀ ਮੇਰੇ ਮਦਰ-ਇਨ-ਲॉ ਦਾ ਕਿ ਮੈਂ ਤੈਨੂੰ ਲੁਧਿਆਣੇ 'ਚ ਵੀ ਟਿਕਣ ਨਹੀਂ ਦੇਣਾ ਤੇਰੇ ਬੱਚੇ ਸਰਕਾਰੀ ਸਕੂਲਾਂ 'ਚ ਪੜਿਆ ਕਰਨਗੇ ਇਹ ਚੈਲੰਜ ਸੀ ਉਹਨਾਂ ਦਾ ਚੈਲੰਜ ਅਸੈਪਟ ਕੀਤਾ ਮਿਹਨਤ ਕਰਦੀ ਗਈ ਸੈਲਨ ਰਨ ਕੀਤਾ ਲੁਧਿਆਣੇ ਦੇ ਵਿੱਚ ਬਹੁਤ ਛੋਟਾ ਸੈਲਨ ਜਿੱਥੇ ਸਿਰਫ ਇੱਕੋ ਹੀ ਕੁਰਸੀ ਲੱਗਦੀ ਸੀ ਉੱਥੋਂ ਸਟਾਰਟ ਕਰਕੇ ਬਹੁਤ بڑے ਸੈਲਨ ਤੱਕ ਲੱਗੀ ਕੁਸ਼ਾਨਾ ਲੇਡੀਜ਼ ਕਲੱਬ ਦੇ ਨਾਂ ਤੋਂ ਮੈਂ ਆਪਣਾ ਸੈਲੂਨ ਰਨ ਕੀਤਾ ਉਦੋਂ ਬਾਅਦ ਲਾਵਾ ਫਿਰ ਡਿਜ਼ਾਈਨਰ ਹੱਬ ਮੈਂ ਖੋਲਿਆ ਲੁਧਿਆਣਾ ਦੇ ਵਿੱਚ ਆਪਣੀ ਮਿਹਨਤ ਨਾਲ ਦਿਨ ਰਾਤ ਇੱਕ ਕੀਤਾ ਔਰ ਮੇਰੀ ਬੇਟੀ ਬਹੁਤ ਛੋਟੀ ਸੀ ਉਹਨੂੰ ਨਾਲ ਲੈ ਲੈ ਕੇ ਮੈਂ ਕੰਮ ਕੀਤਾ ਇਹ ਚੀਜ਼ਾਂ ਦੇ ਵਿੱਚ ਚਲਦੇ-ਚਲਦੇ ਇੱਕ ਆਡੀਸ਼ਨ ਆਂਦਾ ਲੁਧਿਆਣਾ ਵਿੱਚ ਮਿਸੈਸ ਲੁਧਿਆਣਾ ਦੇ ਲਈ ਮੈਂ ਮੇਰੇ ਹਸਬੰਦ ਨੂੰ ਕਿਹਾ ਮੈਂ ਪਾਰਟਿਸਿਪੇਟ ਕਰਨਾ ਹੈ ਕਿਉਂਕਿ ਮੈਂ ਥੀਏਟਰ ਕੀਤਾ ਹੋਇਆ ਸੀ ਪਹਿਲਾਂ ਹਸਬੰਦ ਮੰਨੇ ਨਹੀਂ ਬਾਅਦ ਵਿੱਚ ਮੈਨੂੰ ਨਹੀਂ ਪਤਾ ਵੀ ਉਹਨੇ ਮਨਚ ਕੀ ਆਇਆ ਮੈਨੂੰ ਕਹਿੰਦੇ ਚਲ ਕੋਈ ਨਾ ਤੂੰ ਕਰ ਲੈ ਮੈਂ ਆਡੀਸ਼ਨ ਦੇਣ ਜਾਣੀ ਐ ਜੀ ਉੱਥੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੇਡੀਜ਼ ਸੀ ਆਡੀਸ਼ਨ ਦੇ ਵਿੱਚ ਔਰ ਮੈਂ ਇੱਕ ਸਿੰਪਲ ਕੁੜੀ ਜਿਹਨੇ ਸੂਟ ਪਾਇਆ ਹੋਇਆ ਔਰ ਲੇਡੀਜ਼ ਨੂੰ ਦੇਖ ਕੇ ਮੈਨੂੰ ਲੱਗਿਆ ਵੀ ਯਾਰ ਵੀ ਮੇਰੀ ਸਪੇਸ ਕਿੱਥੇ ਐ ਆਡੀਸ਼ਨ ਦਿੱਤਾ 15 ਦਿਨਾਂ ਬਾਅਦ ਰਿਜ਼ਲਟ ਆਉਂਦਾ ਔਰ ਉਹਦੇ ਚ ਮੇਰਾ ਨਾਮ ਆਉਂਦਾ ਕਿ ਤੁਸੀਂ ਸਿਲੈਕਟ ਹੋ ਸੈਮੀਫਾਈਨਲ ਦੇ ਲਈ ਫਿਰ ਮੈਨੂੰ ਲੱਗਿਆ ਵੀ ਜਿਹੜਾ ਰੱਬ ਇੱਥੇ ਤੱਕ ਲੈ ਆਇਆ ਉਹ ਅੱਗੇ ਵੀ ਲੈ ਕੇ ਜਾਊਗਾ ਸੈਮੀਫਾਈਨਲ ਦਾ ਦੌਰ ਨਿਕਲਦਾ ਐ ਪ੍ਰਿਆ ਫਾਈਨਲ ਚ ਪਹੁੰਚਦੀ ਐ ਫਾਈਨਲ ਦੇ ਵਿੱਚ 12 ਕੁੜੀਆਂ ਦੇ ਵਿੱਚ ਨਾ Winner ਨਾਮ ਕੋ ਸ਼ਿਤੁੰਦਾ ਕੀ ਪ੍ਰਿਆ ਲਖਨਪਾਲ ਦਾ ਕਰਾਊਨਿੰਗ ਗਲੋਰੀ ਉਹ ਟਾਈਮ ਨੇ ਸਭ ਕੁਝ ਹੀ ਬਦਲ ਕੇ ਰੱਖਤਾ ਮਤਲਬ ਇੱਕ ਟਾਈਮ ਐਸਾ ਆਇਆ ਵੀ ਅਗਲੇ ਦਿਨ ਸਵੇਰ ਨੂੰ ਨਿਊਜ਼ਪੇਪਰ ਦੇ ਵਿੱਚ ਨਿਊਜ਼ ਲੱਗ ਰਹੀ ਹੈ ਦਾ ਕਰਾਊਨਿੰਗ ਗਲੋਰੀ ਪ੍ਰਿਆ ਲਖਨਪਾਲ ਔਰ ਹੋਲਡਿੰਗ ਲੱਗੀ ਮੇਰੇ ਇਨ-ਲਾਜ਼ ਦੇ ਘਰ ਦੇ ਬਿਲਕੁਲ ਬਾਰ ਚੌਂਕ ਦੇ ਉੱਤੇ ਹੋਲਡਿੰਗ ਲੱਗ ਰਹੀ ਹੈ ਬਹੁਤ ਬੜੀ ਫੋਟੋ ਔਰ ਉਹ ਫੋਟੋਸ ਕੁੜੀ ਦੀ ਫੋਟੋ ਜਿਹਨੂੰ ਉਹਨਾਂ ਨੇ ਕਿਹਾ ਸੀ ਵੀ ਅਸੀਂ ਤੈਨੂੰ ਦੇਖਣਾ ਨਹੀਂ ਚਾਹੁੰਦੇ ਮੇਰੇ ਮਦਰ-ਇਨ-ਲॉ ਨੇ ਕਿਹਾ ਸੀ ਵੀ ਲੁਧਿਆਣੇ ਚ ਨਿਕਲੇਗੀ ਨਾ ਜੇ ਤੂੰ ਨਾਮ ਲੈਂਗੀ ਆਪਣੇ ਫਾਦਰ-ਇਨ-ਲਾ ਦਾ ਤਾਂ ਲੋਕ ਕਹਿਣਗੇ ਵੀ ਅੱਛਾ ਉਹਨਾਂ ਦੀ ਨੂੰਹ ਹੈ ਤਾਂ ਤਾਂ ਬਿਸ਼ੱਕ ਤੈਨੂੰ ਕੋਈ ਪਾਣੀ ਪੁੱਛ ਲੇ ਨਹੀਂ ਤੇਰੀ ਕੋਈ ਔਕਾਤ ਨਹੀਂ ਪਰ ਉਹ ਵਕਤ ਐਸਾ ਸੀ ਬਿਲੋਕਿ ਪ੍ਰਿਆ ਲਖਣਪਾਲ ਦੇ ਨਾਮ ਤੋਂ ਜਾਣਨ ਲੱਗੇ ਸੀ ਔਰ ਲੋਕ ਇਹ ਕਹਿੰਦੇ ਸੀ ਵੀ ਉਹ ਪ੍ਰਿਆ ਲਖਣਪਾਲ ਦਾ ਸੋਹਰਾ ਜਾ ਰਿਹਾ ਸੋ ਟਾਈਮ ਉਸ ਤੋਂ ਬਾਅਦ ਮਿਸਿਸ ਪੰਜਾਬਣ ਦਾ ਕੰਪੀਟੀਸ਼ਨ ਹੁੰਦਾ ਮੈਂ ਉਹ ਵੀ ਵਿਨ ਕੀਤਾ ਉਹ ਵਿਨ ਕਰਨ ਤੋਂ ਬਾਅਦ ਮੇਰੀ ਐਂਟਰੀ ਹੁੰਦੀ ਹੈ ਫਿਲਮਾਂ ਦੇ ਵਿੱਚ ਇਹ ਸਾਰਾ ਕੁਝ ਜਿਹੜਾ ਬੇਸਿਕਲੀ ਜਿਹੜੀ ਇਹ ਜਰਨੀ ਹੈ ਜਾਂ ਜਿੱਥੇ ਤੱਕ ਵੀ ਅੱਜ ਮੈਂ ਪਹੁੰਚੀ ਹਾਂ ਮੈਂ ਸਿਰਫ ਇੰਨਾ ਹੀ ਕਹਿਣਾ ਚਾਹੂੰਗੀ ਹਰ ਕੁੜੀ ਲਈ ਵੀ ਕੋਈ ਵੀ ਮੁਕਾਮ ਹੈ ਜਿਹੜਾ ਉਹਨੂੰ ਹਾਸਲ ਕਰਨਾ ਤੁਹਾਡੇ ਵਾਸਤੇ ਔਖਾ ਨਹੀਂ ਹੈ ਬਹੁਤ ਈਜ਼ੀ ਚੀਜ਼ਾਂ ਨੇ ਜੇ ਤੁਹਾਡੇ ਅੰਦਰ ਪੋਜ਼ਿਟਿਵ ਵਾਈਬਸ ਨੇ ਤੁਹਾਨੂੰ ਆਪਣੇ ਆਪ ਤੇ ਭਰੋਸਾ ਹੈ ਵੀ ਮੈਂ ਕਰ ਸਕਦੀ ਹਾਂ ਕਿਉਂਕਿ ਜਿਹੜਾ ਮੁੰਡੇ ਕੁੜੀ ਦਾ ਫਰਕ ਹੈ ਨਾ ਕਿਸੇ ਟਾਈਮ ਤੇ ਲੱਗਦਾ ਹੁੰਦਾ ਸੀ ਵੀ ਇਹ ਚੀਜ਼ਾਂ ਜਿਹੜੀਆਂ ਨੇ ਇਹ ਹੈ ਨਹੀਂ ਪਰ ਜਦੋਂ ਤੁਹਾਡੇ ਨਾਲ ਆਪਣੇ ਆਪ ਨਾਲ ਬੀਤਦੀਆਂ ਨੇ ਨਾ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਚੈਲੰਜ ਹੁੰਦਾ ਸੋ ਮੈਂ ਚੈਲੰਜ ਅਸੈਪਟ ਕੀਤਾ ਤੇ ਅੱਜ ਜਿਸ ਜਗ੍ਹਾ ਤੇ ਵੀ ਮੈਂ ਖੜੀ ਹਾਂ ਮੈਂ ਕਿਸੇ ਇੱਕ ਪਰਿਵਾਰ ਦੀ ਇੱਕ ਕੁੜੀ ਹਾਂ ਕਿਸੇ ਘਰ ਦੀ ਮੈਂ ਨੂੰ ਵੀ ਬਣੀ ਅੱਜ ਮੈਂ ਤੁਹਾਡੇ ਸਾਰਿਆਂ ਦੇ ਵਿੱਚ ਵਿਚਰੀ ਹਾਂ ਨਾ ਇੱਕ ਪ੍ਰਿਆ ਲਖਨਪਾਲ ਬਣ ਕੇ ਮੈਂ ਮੈਂ ਇੰਡਸਟਰੀ 'ਚ ਵੀ ਖੜੀ ਹੋਈ ਸੋ ਮੈਨੂੰ ਲੱਗਦਾ ਵੀ ਹਰ ਕੁੜੀ ਦੇ ਅੰਦਰ ਇਹ ਚਿੰਗ ਹੈ ਜਿਹੜੀ ਇਹ ਫਾਇਰ ਹੈ ਜਿਹੜੀ ਹੋਣੀ ਬਹੁਤ ਜ਼ਰੂਰੀ ਹੈ ਸੋ ਆਪਣੇ ਆਪ ਦੇ ਅੰਦਰ ਸਾਨੂੰ ਕਦੇ ਵੀ ਮਰਨ ਨਾ ਦੇ ਇਸ ਵੀਡੀਓ ਬਾਰੇ ਆਪਣੀ رائے ਕਮੈਂਟ ਸੈਕਸ਼ਨ ਵਿੱਚ ਸਾਨੂੰ ਦੱਸੋ ਅਤੇ ਆਪਣੇ ਮਿੱਤਰਾਂ ਨਾਲ ਇਹ ਵੀਡੀਓ ਸ਼ੇਅਰ ਕਰਨਾ ਨਾ ਭੁੱਲਿਓ